ਦੇਖੋ, ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਲੋਕਾਂ ਦੀ ਸਿਹਤ ਨੂੰ ਲੈ ਕੇ ਫਿਰ ਚਿੰਤਾ ਜਤਾਈ ਹੈ ਔਰ ਲੋਕਾਂ ਨੂੰ ਹਰ ਤਰ੍ਹਾਂ ਦੇ ਅਹਤਿਆਤ ਅਤੇ ਪਰਹੇਜ਼ ਕਰਨ ਦੇ ਵਾਸਤੇ ਅਪੀਲ ਕੀਤੀ ਹੈ ਔਰ ਉਹਨਾਂ ਨੇ ਕਿਹਾ ਕਿ ਸਰਕਾਰੀ ਗਾਈਡਲਾਈਨ ਦਾ ਪਾਲਣ ਜ਼ਰੂਰ ਕਰੋ ਔਰ ਦੂਸਰੇ ਉਹਨੇ ਆਪਣੇ ਸਾਰੇ ਮੰਤਰੀਆਂ ਨੂੰ, ਆਪਣੇ MLA ਨੂੰ, ਸਾਡੇ ਕੌਂਸਲਰ, ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ, ਜਿੰਨੇ ਵੀ ਲੋਕਾਂ ਦੇ ਨਾਲ ਜੁੜੇ ਹੋਏ ਲੋਕ ਹੈ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਟੈਸਟ ਕਰਾਉਣ ਔਰ ਜਿੰਨੇ ਵੀ ਸਾਡੇ ਸਰਕਾਰੀ ਕਰਮਚਾਰੀ ਹੈ ਉਹਨਾਂ ਨੂੰ ਵੀ ਅਪੀਲ ਕੀਤੀ ਹੈ ਔਰ ਅਸੀਂ ਉਮੀਦ ਕਰਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਜੀ ਦਾ ਜਿਹੜਾ ਫਤਿਹ ਹੋ ਪੰਜਾਬੀਓ ਇਸ ਮਿਸ਼ਨ ਦਾ ਜਿਹੜਾ ਜੈਕਾਰਾ ਆ ਉਹ ਬੁਲੰਦ ਹੋਏਗਾ, ਅਸੀਂ ਕੋਰੋਨਾ 'ਤੇ ਫਤਿਹ ਹਾਸਲ ਕਰਾਂਗੇ ਔਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਅੰਦਰ ਅਸੀਂ ਕੋਰੋਨਾ ਦੀ ਲੜਾਈ ਜਿੱਤਾਂਗੇ।